ਕੀ ਮਤਲਬ ਹੈ ਕਾਗਜ਼ ਖੋਲਣ ਦਾ? ਇਹ ਸਰਕਾਰ ਦੀ ਟੌਰ ਹੈ ਤੂੰ ਸ਼ਰੇਆਮ ਗੁੰਡਾ ਕਰਦੀ। ਪੰਜਾਬ ਕਬੱਡੀ ਐਸੋਸੀਏਸ਼ਨ ਦੀ ਚੋਣ ਦੇ ਦੌਰਾਨ ਵੱਡਾ ਹੰਗਾਮਾ ਹੋਇਆ। ਚੋਣ ਤੋਂ ਪਹਿਲਾਂ ਹੀ ਸਟੇਜ ਤੇ ਜਾ ਕੇ ਵਿਅਕਤੀਆਂ ਦੇ ਵੱਲੋਂ ਭਰੇ ਹੋਏ ਕਾਗਜ਼ ਚੁੱਕ ਕੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਲਾਂਕਿ ਇਹ ਸਭ ਪੁਲਿਸ ਦੀ ਮੌਜੂਦਗੀ ਦੇ ਵਿੱਚ ਹੋਇਆ। ਦੱਸ ਦਈਏ ਕਿ ਸਟੇਜ ਦੇ ਉੱਤੇ ਧੱਕਾ ਮੁੱਕੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤਾਂ ਦੱਸ ਦਈਏ ਕਿ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਚੋਣ ਹੋ ਰਹੀ ਸੀ, ਅਹੁਦੇਦਾਰਾਂ ਦੀ ਚੋਣ ਕੀਤੀ ਜਾ ਰਹੀ ਸੀ ਅਤੇ ਇਸੇ ਦੌਰਾਨ ਇਹ ਸਾਰਾ ਹੰਗਾਮਾ ਸਾਹਮਣੇ ਆਇਆ। ਤਾਂ ਸਟੇਜ ਤੋਂ ਫਾਰਮ ਖੋਣ ਵਾਲਿਆਂ ਅਤੇ ਮੈਂਬਰਾਂ ਦੇ ਵਿਚਕਾਰ ਹੱਥੋਂ ਪਾਈ ਵੀ ਹੋਈ ਹੈ। ਸਰਕਾਰ ਅਤੇ ਪ੍ਰਸ਼ਾਸਨ ਦੇ ਉੱਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਗਏ ਨੇ। ਤਾਂ ਪੁਲਿਸ ਛਾਵਣੀ ਦੇ ਵਿੱਚ ਤਬਦੀਲ ਹੋ ਗਈ ਹੈ ਚੋਣ ਵਾਲੀ ਜਗ੍ਹਾ। ਤਾਂ ਦੱਸ ਦਈਏ ਪੂਰਾ ਮਾਮਲਾ ਕੀ ਹੈ। ਤਾਂ ਬਠਿੰਡਾ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਇਹ ਚੋਣ ਹੋਣੀ ਸੀ ਅਤੇ ਠੀਕ ਉਸ ਤੋਂ ਪਹਿਲਾਂ ਦੱਸਿਆ ਜਾ ਰਿਹਾ ਕਿ ਜਿਵੇਂ ਇਹ ਕਾਗਜ਼ ਭਰ ਕੇ ਉੱਥੇ ਸਟੇਜ ਦੇ ਉੱਤੇ ਰੱਖੇ ਗਏ ਅਹੁਦੇਦਾਰਾਂ ਦੇ ਵੱਲੋਂ, ਤਾਂ ਉਸ ਤੋਂ ਬਾਅਦ ਦੇ ਵਿੱਚ ਦੱਸਿਆ ਜਾ ਰਿਹਾ ਕਿ ਕੁਝ ਵਿਅਕਤੀ ਸਟੇਜ ਦੇ ਉੱਤੇ ਪਹੁੰਚਦੇ ਨੇ ਅਤੇ ਉਹਨਾਂ ਦੇ ਵੱਲੋਂ ਇਹ ਕਾਗਜ਼ ਚੁੱਕ ਲਏ ਜਾਂਦੇ ਨੇ। ਹਾਲਾਂਕਿ ਜਦੋਂ ਕਾਗਜ਼ ਚੁੱਕੇ ਜਾਂਦੇ ਨੇ ਤਾਂ ਇਸ ਗੱਲ ਦਾ ਵਿਰੋਧ ਜੋ ਹੈ ਉਹ ਸਟੇਜ 'ਤੇ ਬੈਠੇ ਵਿਅਕਤੀਆਂ ਦੇ ਵੱਲੋਂ ਕੀਤਾ ਜਾਂਦਾ ਅਤੇ ਇੰਨੇ ਦੇ ਵਿੱਚ ਦੋਵਾਂ ਦੇ ਵਿਚਕਾਰ ਧੱਕਾ ਮੁੱਕੀ ਹੋ ਜਾਂਦੀ ਹੈ। ਦੱਸ ਦਈਏ ਕਿ ਕਬੱਡੀ ਐਸੋਸੀਏਸ਼ਨ ਦੇ ਕੁੱਲ 46 ਮੈਂਬਰਾਂ ਦੀ ਚੋਣ ਹੋਣੀ ਹੈ। ਐਸੋਸੀਏਸ਼ਨ ਦੇ ਪੁਰਾਣੇ ਪ੍ਰਧਾਨ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ 4 ਵਾਰ ਉਹ ਇਸ ਦੇ ਪ੍ਰਧਾਨ ਰਹਿ ਚੁੱਕੇ ਨੇ, ਕਦੇ ਵੀ ਇਸ ਤਰ੍ਹਾਂ ਦੀ ਕਦੇ ਕੋਈ ਗੱਲ ਨਹੀਂ ਆਈ। ਲੇਕਿਨ ਸਰਕਾਰ ਕਿਉਂ ਦਬਾਉਣਾ ਚਾਹੁੰਦੀ ਹੈ? ਜਦ ਸਰਕਾਰ ਦੇ ਕੋਲ ਮੈਂਬਰ ਹੀ ਨਹੀਂ ਤਾਂ ਉਹ ਦਖਲ ਅੰਦਾਜ਼ੀ ਕਿਵੇਂ ਕਰ ਸਕਦੀ ਹੈ? ਤਾਂ ਪ੍ਰਸ਼ਾਸਨ ਦੇ ਉੱਤੇ ਵੀ ਧੱਕੇਸ਼ਾਹੀ ਦੇ ਇਲਜ਼ਾਮ ਜੋ ਨੇ ਉਹ ਲਗਾਏ ਗਏ ਨੇ। ਹਾਲਾਂਕਿ ਮੌਕੇ ਦੀਆਂ ਤਸਵੀਰਾਂ ਵੀ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸਟੇਜ ਦੇ ਉੱਤੇ ਇੱਕ ਦੂਜੇ ਨੂੰ ਧੱਕੇ ਮਾਰੇ ਜਾ ਰਹੇ ਨੇ। ਹਾਲਾਂਕਿ ਪੁਲਿਸ ਮੁਲਾਜ਼ਮ ਵੀ ਮੌਕੇ ਦੇ ਉੱਤੇ ਮੌਜੂਦ ਨੇ, ਪਰ ਇਹਨਾਂ ਦੇ ਵੱਲੋਂ ਕੋਈ ਵੀ ਗੌਰ ਨਹੀਂ ਕੀਤਾ ਜਾ ਰਿਹਾ। ਵੈਸੇ ਡੈਮੋਕ੍ਰੇਸੀ ਵਾਸਤੇ ਗੱਲਾਂ ਬਹੁਤ ਮਾੜੀਆਂ ਵੀ ਧੱਕੇ ਨਾ ਬਣਨਾ, ਵੋਟਾਂ ਨਾ ਬਣ ਜਾਓ, ਕੋਈ ਹਰ ਚੀਜ਼ ਹਰਕ ਦਾ ਹੱਕ ਹੈ, ਚੋਣ ਲੜਨਾ ਹੱਕ ਹੈ, ਬਣਨਾ ਹੱਕ ਹੈ, ਸਾਰੀਆਂ ਗੱਲਾਂ ਉਹ ਠੀਕ ਹੁੰਦੀਆਂ ਨੇ। ਪਰ ਜੇ ਤੁਹਾਡੇ ਕੋਲ ਵੋਟਾਂ ਹੈ ਨਹੀਂ, ਫਿਰ ਬਹਿ ਕੇ ਕੋਈ ਐਡਜਸਟਮੈਂਟ ਕਰ ਲਓ ਵੀ ਇੱਕ ਅੱਧਾ ਉਹਦਾ ਸਾਨੂੰ ਦੇ ਦਿਓ, ਉਹ ਚੱਲ ਜਾਂਦੀ ਹੁੰਦੀ ਹੈ ਗੱਲ, ਬੈਠ ਕੇ ਹੋ ਜਾਂਦਾ ਹੁੰਦਾ, ਕੋਈ ਇਹੋ ਜਿਹੀ ਗੱਲ ਨਹੀਂ। ਪਰ ਜੇ ਕੋਈ ਹੁਣ ਧੱਕੇ ਨਾ ਵੀ ਮੈਂ ਬਣਨਾ ਹੈ, ਉਹ ਗਲਤ ਹੁੰਦਾ ਸਿਸਟਮ, ਉਹ ਤੁਹਾਡੇ ਸਾਹਮਣੇ ਹੋਇਆ ਸਾਰਾ ਕੁਝ। ਤੁਸੀਂ 4-5 ਵਾਰ ਪ੍ਰਧਾਨ ਰਹੇ ਹੋ ਐਸੋਸੀਏਸ਼ਨ ਦੇ, ਇਹ ਹਾਲਾਤ ਪਹਿਲਾਂ ਕਦੇ ਨਹੀਂ? ਕਦੇ ਨਹੀਂ ਹੋਏ। ਮੈਂ ਰਿਹਾ, ਮੈਥੋਂ ਪਹਿਲਾਂ ਬਲਬੀਰ ਸਿੰਘ ਹੁੰਦਾ ਸੀ, ਉਦੋਂ ਮੈਂ ਸੀਨੀਅਰ ਮੀਤ ਪ੍ਰਧਾਨ ਹੁੰਦਾ ਸੀ, ਜਲੰਧਰ ਤੋਂ ਸੀ ਬਲਬੀਰ ਸਿੰਘ, ਸਰਦਾਰ ਸਵਰਨ ਸਿੰਘ ਦੇ ਭਤੀਜੇ, ਉਦੋਂ ਵੀ ਕਦੇ ਨਹੀਂ ਹੋਇਆ ਸੀ, ਸਰਬਸੰਮਤੀ ਨਹੀਂ ਹੁੰਦੀ ਹੁੰਦੀ ਸੀ। ਐਂ ਰਾਜ ਭਾਵੇਂ ਕਾਂਗਰਸ ਦਾ ਹੋਵੇ, ਭਾਵੇਂ ਅਕਾਲੀਆਂ ਦਾ ਹੋਵੇ, ਕੋਈ ਪ੍ਰਧਾਨ ਬਣੇ, ਕੋਈ ਕੁਛ ਬਣੇ, ਉਹ ਚੋਣ ਸਰਬਸੰਮਤੀ ਨੇ। ਖੇਡਾਂ ਦੇ ਵਿੱਚ ਕੁਛ ਤੁਹਾਨੂੰ ਕਿਵੇਂ ਲੱਗਦਾ? ਨਹੀਂ, ਚੰਗਾ ਨਹੀਂ ਹੈਗਾ ਖੇਡਾਂ ਵਾਸਤੇ, ਕੰਮ ਚੰਗਾ ਨਹੀਂ ਹੈਗਾ, ਬਹੁਤ ਮਾੜੀ ਗੱਲ ਹੈਗੀ ਖੇਡਾਂ ਵਾਸਤੇ। ਜਿਸ ਤਰ੍ਹਾਂ ਜਿਹੜੇ ਲੋਕਾਂ ਦੇ ਵਿੱਚ ਬੜੇ ਸੀਗੇ ਦੋ ਜਣੇ, ਉਹਨਾਂ ਦੇ ਇੱਕ ਪੁਲਿਸ ਮੁਲਾਜ਼ਮ ਦੱਸਦੇ ਆ ਵੀ ਕੋਈ ਮਾਨਸਾ ਦਾ ਪੁਲਿਸ ਮੁਲਾਜ਼ਮ ਸੀਗਾ, ਉਹ ਦੱਸਦੇ ਨੇ। ਪ੍ਰਸ਼ਾਸਨ ਦਾ ਕਿਹੋ ਜਿਹਾ ਸਹਿਯੋਗ ਰਿਹਾ ਜਿਸ ਤਰ੍ਹਾਂ ਚੋਣ ਸ਼ੁਰੂ ਹੋਈ ਸੀ, ਸਾਰੇ ਘਟਨਾਕ੍ਰਮ ਨੂੰ ਕਿਵੇਂ ਦੇਖ? ਪ੍ਰਸ਼ਾਸਨ ਦੇ ਜਿਹੜਾ ਰੌਲਾ ਰੱਪਾ ਪਿਆ ਉਹ ਪ੍ਰਸ਼ਾਸਨ ਕਰਕੇ ਪਿਆ, ਨਹੀਂ ਤਾਂ ਪੈਂਦਾ ਹੀ ਨਹੀਂ ਸੀ। ਅਮਨ ਮਾਨ ਨਾਲ ਸੀ ਤਾਂ ਕਦੇ ਪੁਲਿਸ ਸੱਦੀ ਨਹੀਂ, ਕਦੇ ਵੀ ਨਹੀਂ ਸੱਦੀ, ਇੰਨੀਆਂ ਚੋਣਾਂ ਹੁੰਦੀਆਂ ਹੁੰਦੀਆਂ, ਕਦੇ ਵੀ ਨਹੀਂ ਬੁਲਾਇਆ ਕਦੇ ਪੁਲਿਸ, ਆਪਦੀ ਬੈਠ ਕੇ ਕਰ ਲੈਂਦੇ, ਕਦੇ ਕੋਈ ਰੌਲਾ ਹੀ ਨਹੀਂ ਪਿਆ। ਅਗਲੀ ਰਣਨੀਤੀ ਕੀ ਹੈ ਜੀ ਫਿਰ ਐਸੋਸੀਏਸ਼ਨ ਵੱਲੋਂ? ਇਹ ਤਾਂ ਹੁਣ ਦੇਖਾਂਗੇ ਕੀ ਹੁੰਦਾ, ਜਦ ਫੈਸਲਾ ਹੋ ਗਿਆ ਉਦੋਂ ਬਾਅਦ ਹੀ ਰਣਨੀਤੀ। ਉਹ ਵੋਟਾਂ ਹੈ ਨਹੀਂ ਉਹਨਾਂ ਕੋਲ, ਦੋ ਵੋਟਾਂ ਨੇ, 44 ਵੋਟਾਂ ਇੱਕ ਪਾਸੇ ਆ, ਦੋ ਇੱਕ ਪਾਸੇ, ਉਹ ਸਰਕਾਰ ਦੇ ਬੰਦੇ ਨੇ। ਇਹ ਲੱਗਦਾ ਵੀ ਕਾਬਜ ਹੋਣਾ ਚਾਹੁੰਦੀ ਹੈ। ਹਾਂ,